ਗੱਲ ਜਿਹੜੀ ਤੁਹਾਡੇ ਨਾਲ ਮੈਂ ਜਿਹੜੀ ਸਾਂਝੀ ਕਰਨੀ ਚਾਹੁੰਦਾ ਕਿ ਦੁੱਖ ਮੈਨੂੰ ਇਸ ਗੱਲ ਦਾ ਹੈ ਕਿ ਇੱਕ ਯਾਦਗਾਰ ਅਸੀਂ ਬਣਾਈਏ ਉਹਦੇ ਵਿੱਚ ਜੇ ਇਜਾਜ਼ਤ ਹੋਵੇ ਮੈਂ ਥੋੜਾ ਜਿਹਾ ਸੰਖੇਪ ਇਹਦੇ ਵਿੱਚ ਵਿਸਥਾਰ ਦੱਸਦਾ ਉਹਦੇ ਵਿੱਚ ਬਾਦਲ ਸਾਹਿਬ ਦੀ ਬਹੁਤ ਇੱਛਾ ਸੀ ਉਹ ਚੀਫ ਮਨਿਸਟਰ ਦੇ ਤੌਰ ਕੋ ਤੇ ਮੇਰੇ ਕੋਲ ਆਂਦੇ ਰਹੇ ਇਹਦੇ ਬਹੁਤ ਸਾਰੇ ਗਵਾਹ ਤੁਸੀਂ ਬੈਠੇ ਆ ਸੁਖਵੀਰ ਵੀ ਬੈਠਾ ਸਾਰੇ ਬੈਠੇ ਉਹਨਾਂ ਦੀ ਇੱਛਾ ਸੀ ਕਿ ਇੱਕ ਜਿਹੜੇ ਬੜਾ ਸਾਡਾ ਸ਼ਹੀਦਿਆਂ ਦਾ ਕੁਰਬਾਨੀਆਂ ਦਾ ਜਿਹੜਾ ਇਤਿਹਾਸ ਹੈ ਤੇ ਇਹਦੇ ਵਿੱਚੋਂ ਜਿਹੜਾ ਆਜ਼ਾਦੀ ਲਈ ਜद्दोजਹਿਦ ਦਾ ਜਿਹੜਾ ਇਤਿਹਾਸ ਹੈ 100 ਸਾਲ ਦਾ ਕਿਉਂਕਿ ਅੰਗਰੇਜ਼ 200 ਸਾਲ ਦੇ ਕਰੀਬ ਰਹੇ ਇੱਥੇ ਤੇ 100 ਸਾਲ ਹੀ ਉਹ ਪੰਜਾਬ ਤੇ ਉਹ ਉਹ ਰਾਜ ਕਰ ਸਕੇ ਉਹ 100 ਸਾਲ ਬਾਅਦ ਇੱਥੇ ਆਏ ਤੇ ਉਹਦੇ ਚ ਪਰ ਉਹਦੇ ਚ ਜਿਹੜਾ ਸ਼ਹੀਦੀਆਂ ਦਾ ਕੁਰਬਾਨੀਆਂ ਦਾ ਅੰਦੋਲਨਾਂ ਦਾ ਜਿਹੜਾ ਇਤਿਹਾਸ ਸੀ ਉਹ ਕਿਉਂਕਿ ਸਾਡੀ ਪੁਰਾਣੀ ਪੰਜਾਬ ਦੀ ਪਰੰਪਰਾ ਉਹ ਚੱਲਦੀ ਆਂਦੀ ਸੀ ਤੇ ਉਹ ਲੜੀ ਇਹ ਜੁੜੀ ਉਹ ਬੜਾ ਮਹਾਨ ਬੜਾ ਗੌਰਵ ਮਈ ਅਣਖ ਵਾਲਾ ਉਹ ਜਦਾਂ ਉਹ ਸਹੀ ਪ੍ਰਤੀਨਿਧਤਾ ਕਰਦਾ ਸੀ ਤੇ ਮੇਰੇ ਮਨ 'ਚ ਵੀ ਜਦੋਂ ਉਹਨਾਂ ਨੇ ਬਾਰ-ਬਾਰ ਇਹ ਗੱਲ ਕੀਤੀ ਤੇ ਮੇਰੇ ਮਨ 'ਚ ਵੀ ਆਇਆ ਕਿ ਨਹੀਂ ਇਹ ਸਾਡੀ ਫਰਜ਼ ਹੈ ਕਿ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਘਟੋ-ਘਟ ਇਸ ਬਾਰੇ ਆਪਣੇ ਇਹ 100 ਸਾਲ ਦੇ ਗੌਰਵਮਈ ਇਤਿਹਾਸ ਬਾਰੇ ਜ਼ਰੂਰ ਦੱਸੀਏ ਉਹਦੇ 'ਚ ਜੋ ਉਹਨਾਂ ਨੇ ਮਦਦ ਕੀਤੀ ਮੈਂ ਉਹ ਇਸ ਦੁਨੀਆ 'ਚ ਨਹੀਂ ਹੈਗੇ ਪਰ ਉਹਨਾਂ ਨੇ ਬਹੁਤ ਜ਼ਿਆਦਾ ਉਹਨਾਂ ਨੇ ਜੋ ਮੈਂ ਕਿਹਾ ਜਿਸ ਤਰ੍ਹਾਂ ਦੀ ਯੋਜਨਾ ਬਣਾਈ ਪਾਰਦਰਸ਼ੀ ਢੰਗ ਨਾਲ ਸਰਕਾਰੀ ਹਰ ਪੱਧਰ ਤੇ ਦੂਸਰਾ ਕਿਉਂਕਿ ਇਹ ਐਸਾ ਪ੍ਰੋਜੈਕਟ ਹੈ ਜੇ ਤੇ 1% ਵੀ ਕਿਸੇ ਤਰ੍ਹਾਂ ਦੀ ਤੁਸੀਂ ਇਧਰੋਂ ਉਧਰ ਉਹ ਨਹੀਂ ਦੇਖ ਸਕਦੇ ਨਾ ਇਹ ਹੋਣ ਦੀ ਸੰਭਾਵਨਾ ਰਹਿਣ ਦਿੱਤੀ ਸੀ ਅਸੀਂ ਕਿਉਂਕਿ ਇੱਕ ਭਾਵਨਾ ਨਾਲ ਜੁੜਿਆ ਪ੍ਰੋਜੈਕਟ ਸੀ ਤੇ ਇਸ ਤੋਂ ਵੀ ਅੱਛੀ ਗੱਲ ਮੈਨੂੰ ਇਹ ਲੱਗੇ ਉਸ ਵੇਲੇ ਮੈਨੂੰ ਯਾਦ ਆ ਅਸ਼ਨੀ ਜੀ ਬਲਰਾਮ ਜੀ ਦਾ ਸਟੰਡਨ ਸਾਡੀ ਕਮੇਟੀ ਚ ਹੁੰਦੇ ਸੀਗੇ ਬੜੇ ਉਹ ਹਮੇਸ਼ਾ ਆਉਂਦੇ ਰਹੇ ਫਿਰ ਕਮਲ ਸ਼ਰਮਾ ਹੋਰੀ ਹੁੰਦੇ ਸੀ ਉਦੋਂ ਪ੍ਰਧਾਨ ਹੁੰਦੇ ਸੀ ਉਹ ਸੋਮ ਪ੍ਰਕਾਸ਼ ਹੋਰੀ ਹੁੰਦੇ ਸੀ ਉਹ ਵੀ ਮੀਟਿੰਗਾਂ ਛੱਡ ਕੇ ਉਹਨਾਂ ਕਹਿਣਾ ਵੀ ਨਹੀਂ ਹੁੰਦਾ ਸਰ ਤੁਸੀਂ ਬੁਲਾਇਆ ਤੇ ਅਸੀਂ ਮੀਟਿੰਗ ਛੱਡ ਕੇ ਆ ਗਏ ਇਹਦੇ ਇੰਨਾ ਉਹਨਾਂ 'ਚ ਭਾਵਨਾ ਸੀ ਤੇ ਬਲਰਾਮ ਜੀ ਦਾ ਸਟੈਂਡਨ ਹੋਰੀ ਬਣ ਕੇ ਗਵਰਨਰ ਤੇ ਉਹਨਾਂ ਦਾ ਮੈਨੂੰ ਫੋਨ ਆਇਆ ਕਿ ਉਹ ਅਮਰਦਸ ਸਾਹਿਬ ਮੈਂ ਤਾਂ ਹੁਣ ਗਵਰਨਰ ਬਣ ਗਿਆ ਤੇ ਹੁਣ ਉਹ ਮੀਟਿੰਗਾਂ ਦਾ ਕੀ ਮੈਜ ਨਹੀਂ ਹੁਣ ਤੁਸੀਂ ਮੇਰੀ ਬੇਨਤੀ ਹੈ ਕਿ ਮੈਂ ਹੀ ਤੁਹਾਡੇ ਕੋਲ ਆਇਆ ਕਰੂੰਗਾ ਤੁਸੀਂ ਇੰਨੇ ਜੁੜੇ ਸੀ ਸਾਰੇ ਸਾਰੇ ਭੁੰਦਰ ਸਾਹਿਬ ਬੈਠੇ ਆ ਸੁਖਵੀਰ ਬੈਠਾ ਚੰਦੂ ਮਾਜਰਾ ਹੋਰੀ ਸਾਰੇ ਮਲੂਕਾ ਜੀ ਤੁਸੀਂ ਆਪਣੇ ਸਾਰੇ ਬੈਠੇ ਹਰ ਇੱਕ ਨੇ ਜੋ ਆਪਣੇ ਵਿਤ ਵਿੱਚ ਹੁੰਦਾ ਸੀ ਉਹ ਨਾ ਕਿਹਾ ਕਿ ਨਹੀਂ ਇਹ ਜ਼ਰੂਰ ਹੋਣਾ ਇੱਕ ਭਾਵਨਾ ਦੀ ਗੱਲ ਸੀ ਵਿਸ਼ਵਾਸ ਸੀ ਤੇ ਜਦੋਂ ਸਰਕਾਰ ਜਾਣ ਲੱਗੀ ਤਾਂ ਮੈਂ ਕਿਹਾ ਜੀ ਇਹ ਦੂਸਰੀ ਸਰਕਾਰ ਹੋ ਸਕਦਾ ਵੀ ਬਣ ਜਾਏ ਤੇ ਇਹਦੇ ਵਿੱਚ ਮੈਨੂੰ ਤੁਸੀਂ ਇਹ ਲਿਖਤੀ ਆ ਚੀਜ਼ ਦੇ ਦਿਓ ਆਖਰੀ ਦਿਨਾਂ 'ਚ ਇਹਨਾਂ ਕਿਹਾ ਜੀ ਜੋ ਲਿਖਾਣਾ ਸਾਡੇ ਤੋਂ ਲਿਖਾ ਲਓ ਪਰ ਇਹ ਪ੍ਰੋਜੈਕਟ ਜਾਰੀ ਰਹਿਣਾ ਚਾਹੀਦਾ ਤੇ ਉਤੋਂ ਵੀ ਮੈਨੂੰ ਜਿਹੜੀ ਅੱਛੀ ਗੱਲ ਲੱਗੀ ਕਿ ਕੈਪਟਨ ਸਾਹਿਬ ਆਏ ਨਵਜੋਤ ਉਹਦੋਂ ਵਜ਼ੀਰ ਸੀ ਤੇ ਇਹਨਾਂ ਆਂਦੇ ਆ ਸਾਰੇ ਫੰਡ ਰੋਕ ਲੈ ਤੇ ਨਵਜੋਤ ਤੋਰਾਂ ਦਾ ਫੋਨ ਆਇਆ ਤੇ ਮੈਂ ਕਿਹਾ ਯਾਰ ਇੱਥੇ ਤਾਂ ਆਣਾ ਉਹ ਮੇਰੇ 9 ਕਰੋੜ ਰੁਪਏ ਰੰਦਾ ਪ੍ਰੋਜੈਕਟ ਦਾ ਇਹ ਕਹਿੰਦੇ ਜੀ ਉਹ ਤਾਂ ਰੁਕੇ ਮੈਂ ਕਿਹਾ ਨਾ ਫਿਰ ਤੁਹਾਡੀ ਬਿਜ਼ੀਅਟੀ ਦਾ ਕੋਈ ਫਿਕਰ ਨਹੀਂ ਤੇ ਦੂਸਰੇ ਹਫਤੇ ਹੀ ਕੇਮ ਇਨਾਉ 9 ਕਰੋੜ ਦਾ ਪ੍ਰੋਜੈਕਟ ਜਦੋਂ ਜੇ ਆ ਚੱਕੋ ਤੇ ਸਾਰਾ ਦੇਖਿਆ ਬੜਾ ਬੜੇ ਖੁਸ਼ ਹੋਏ ਕੈਪਟਨ ਸਾਹਿਬ ਆਪ ਬਾਦਲ ਸਾਹਿਬ ਦਾ ਤਾਂ ਇਹ ਵੈਸੇ ਹੀ ਡ੍ਰੀਮ ਪ੍ਰੋਜੈਕਟ ਸੀ ਕੈਪਟਨ ਸਾਹਿਬ ਦੋ ਕਿ ਤਿੰਨ ਵਾਰੀ ਆਪ ਆ ਕੇ ਦੇਖ ਕੇ ਬੜਾ ਪ੍ਰਸ਼ੰਸਾ ਕਰਕੇ ਤੇ ਮੈਂ ਕਹੇ ਜੀ ਹੁਣ ਗੱਲ ਇਹ ਹੈ ਕਿ ਰਾਈਵਲ ਤਾਂ ਹੁੰਦੇ ਆ ਤੁਹਾਡੀ ਕਾਂਗਰਸ ਸਰਕਾਰ ਪਰ ਇੱਥੇ ਜੇ ਤੁਸੀਂ ਆਏ ਆ ਤੇ ਇੱਕ ਮੇਰੀ ਸ਼ਰਤ ਹੈ ਕਿ ਇੱਥੇ ਬਾਦਲ ਸਾਹਿਬ ਦੀ ਤਾਰੀਫ ਕਰਕੇ ਜਾਣੀ ਤੇ ਉਹਨਾਂ ਨੇ ਬੜੀ ਫਰੇਜ਼ ਕੀਤੀ ਕਿ ਉਹਨਾਂ ਨੇ ਬੜਾ ਅੱਛਾ ਕੀਤਾ ਤੇ ਅਸੀਂ ਜਾਣੇ ਹ इवन ਚੰਨੀ ਹੋਰੀ ਉਹ ਵੀ ਵਜ਼ੀਰ ਰਹੇ ਉਹਦੇ ਤੇ ਉਹਨਾਂ ਨੇ ਵੀ ਆ ਕੇ ਹਮੇਸ਼ਾ ਚੀਫ ਮਨਿਸਟਰ ਹੁੰਦੇ ਆ ਵੀ ਉਹ ਇਹ ਆਦੇ ਰਹੇ ਮੈਨੂੰ ਜਿਹੜਾ ਦੁੱਖ ਹੋਇਆ ਕਿ ਚਲੋ ਜੀਤ ਨਾਲ ਗੁਲੇ ਕਿਸੇ ਹੋ ਸਕਦੇ ਆ ਚਲੋ ਸਰਕਾਰ ਕਰ ਵੀ ਸਕਦੀ ਹੈ ਅਸੀਂ ਇੰਨਾ ਬਹੁਤ ਪ੍ਰਭਾਵ ਵੀ ਨਹੀਂ ਕਰਦੇ ਇਸ ਗੱਲ ਦੀ ਤੇ ਚਲੋ ਕੋਈ ਨਹੀਂ ਸਰਕਾਰਾਂ ਨਾਲ ਤਾਂ ਹੋ ਜਾਂਦਾ ਕੋਈ ਨਾ ਕੋਈ ਪਰ अजीत ਦੀ ਆੜ ਚ ਜੇ ਐਡੇ ਅੱਛੇ ਐਡੇ ਸ਼ਹੀਦਾਂ ਦੇ ਜਿਹੜਾ ਯਾਦਗਾਰ ਹੈ ਮੈਂ ਸਮਝਦਾ ਉਹਨੂੰ ਨਿਸ਼ਾਨਾ ਬਣਾਣਾ ਤੇ ਇਹਦੇ ਚੋਂ ਅਸੀਂ ਸ਼ਾਇਦ ਕੁਝ ਕੱਢ ਲਈ ਸ਼ਾਇਦ ਇਹ ਇਹਨਾਂ ਨੂੰ ਇਹਦੇ ਵਿੱਚ ਅਸੀਂ ਫਸਾ ਲਈਏ ਉਹ ਮੈਂ ਸਮਝਦਾ ਕਿ ਜਿਹੜੀ ਸਰਕਾਰ ਸ਼ਹੀਦਾਂ ਦਾ અપਮਾਨ ਕਰ ਸਕਦੀ ਹੈ ਉਹਨੂੰ ਘਟੋ ਘਟ ਸ਼ਹੀਦ ਭਗਤ ਸਿੰਘ ਦੀ ਫੋਟੋ ਲਾਉਣ ਦਾ ਕੋਈ ਅਧਿਕਾਰ ਨਹੀਂ ਜਿਹੜੀ ਕਰਦੇ ਜਿਹੜੇ ਇੰਨਾ ਇੰਨਾ ਜ਼ਿਆਦਾ ਜਿਹੜਾ ਉਹਨਾਂ ਨੇ ਇਹ ਕੀਤਾ ਸਭ ਕੁਝ ਉਹ ਤੁਹਾਨੂੰ ਸਭ ਕੁਝ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਉਹਦਾ ਜੋ ਕੁਝ ਹੋਇਆ ਜਿਸ ਤਰ੍ਹਾਂ ਉਹ ਅਖੀਰ ਤੇ ਆ ਕੇ ਉਹ ਉਹਨਾਂ ਨੇ ਮੈਨੂੰ ਵੀ ਬੁਲਾਇਆ ਤੇ ਉਹ ਮੈਨੂੰ ਕੋਈ ਬਹੁਤਾ ਉਹਨਾਂ ਫਿਕਰ ਇਸ ਗੱਲ ਦਾ ਨਹੀਂ ਪਰ ਮੈਨੂੰ ਇਸ ਗੱਲ ਦਾ ਇਨਸੈਂਸਿਟਿਵ ਗਵਰਨਮੈਂਟ ਦਾ ਇੰਨਾ ਦੁੱਖ ਜ਼ਰੂਰ ਆ ਕਿ ਬਾਕੀ ਸਰਕਾਰਾਂ ਨੇ ਇੰਨਾ ਕੀਤਾ ਤੇ ਇਹਨਾਂ ਨੇ ਉਸ ਚੋਂ ਅਪਮਾਨਜਨਕ ਢੰਗ ਨਾਲ ਉਹਨੂੰ ਡੀਲ ਕੀਤਾ ਇਹ ਮੇਰੇ ਲਈ ਪੈਸਾ ਮੈਂਦਾ ਕਿ ਬਹੁਤ ਔਕੀ ਗੱਲ ਹੈ ਤੁਹਾਡੇ ਨਾਲ ਜਿਹੜੀ ਤੁਸੀਂ ਆਏ ਆ ਇਸ ਕਰਕੇ ਤੇ ਮੈਂ ਸ਼ੇਅਰ ਕਰਨੀ ਜ਼ਰੂਰੀ ਸਮਝਦਾ ਸੀ